ਪੋਸਤਖਸ਼ੀ ਹੀਤ ਪਾਈ ਮੇਵਾ ਸਿੰਘ ਲੂਪੋਕੇ ਦਾ ਅਗਲਾ ਲੇਖ ਹੈ ਪਾਈ ਮੇਵਾ ਸਿੰਘ ਦੀ ਸ਼ਹਾਦਤ ਦਾ ਦਾਇਰਾ ਅੱਜਕੱਲ ਸ਼ਹੀਦਾਂ ਨੂੰ ਨਿੱਕੇ ਖਾਨਿਆਂ ਤੇ ਛੋਟੇ ਦਾਇਰਿਆਂ ਚ ਸੰਗੇੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ ਜਾਤ ਧਰਮ ਪਾਈਚਾਰੇ ਦੇ ਖਿੱਤੇ ਆਦੀਆਂ ਵਲਗਣਾ ਵਿੱਚ ਵਲ ਕੇ ਉਹਨਾਂ ਦੀ ਸ਼ਹੀਦੀ ਦੇ ਮਹੱਤਵ ਨੂੰ ਘਟਾਉਣ ਤੇ ਕੇਵਲ ਤੇ ਕੇਵਲ ਆਪਣਾ ਦੱਸਣ ਦੇ ਯਤਨ ਕੀਤੇ ਜਾ ਰਹੇ ਹਨ ਅਸਲ 'ਚ ਕਿਸੇ ਵੀ ਸ਼ਹੀਦ ਵੱਲੋਂ ਲੜੀ ਗਈ ਲੜਾਈ ਤੇ ਦਿੱਤੀ ਸ਼ਹੀਦੀ ਦਾ ਮਕਸਦ ਹੀ ਨਿਰਧਾਰਤ ਕਰਦਾ ਹੈ ਕਿ ਉਹ ਕਿੰਨਾ ਲੋਕਾਂ ਦਾ ਸ਼ਹੀਦ ਸੀ। ਇੱਕੋ ਵੇਲੇ ਕੋਈ ਸ਼ਹੀਦ ਛੋਟੀ ਇਕਾਈ ਦਾ ਸ਼ਹੀਦ ਵੀ ਹੋ ਸਕਦਾ ਹੈ ਪਰ ਅਸਲ 'ਚ ਸ਼ਹੀਦ ਦੀ ਸ਼ਹਾਦਤ ਦਾ ਮਹੱਤਵ ਛੋਟੀ ਇਕਾਈ ਤੋਂ ਸ਼ੁਰੂ ਹੋ ਕੇ ਵੱਡੇ ਤੋਂ ਵੱਡੇ ਦਾਇਰੇ ਤੱਕ ਫੈਲਦਾ ਜਾਂਦਾ ਹੈ। ਭਾਈ ਮੇਵਾ ਸਿੰਘ ਦੀ ਸ਼ਹਾਦਤ ਦੇ ਪ੍ਰਸੰਗ 'ਚ ਗੱਲ ਕਰਨੀ ਹੋਵੇ ਤਾਂ ਦਰਜੇਬੰਦੀ ਅਨੁਸਾਰ ਸ਼ਹੀਦ ਨੂੰ ਆਪਣਾ ਦੱਸਣ ਦੀ ਸ਼ੁਰੂਆਤ ਕੁਝ ਇਸ ਪ੍ਰਕਾਰ ਕੀਤੀ ਜਾ ਸਕਦੀ ਹੈ ਤੇ ਕੀਤੀ ਵੀ ਜਾਂਦੀ ਹੈ ਪਹਿਲਾ ਪਿੰਡ ਲੋਪੋਕੇ ਦਾ ਸ਼ਹੀਦ ਇਹ ਠੀਕ ਹੈ ਭਾਈ ਮੇਵਾ ਸਿੰਘ ਪਿੰਡ ਲੋਪੋ ਲੋਪੋਕੇ ਦਾ ਜੰਮਪਲ ਸੀ ਇਸ ਪਿੰਡ ਦੀਆਂ ਹਵਾਵਾਂ 'ਚ ਸਾਹ ਲੈ ਕੇ ਇਹਦੀ ਮਿੱਟੀ 'ਚ ਖੇਡ ਕੇ ਉਹ ਵੱਡਾ ਹੋਇਆ ਸੀ ਅੱਜ ਵੀ ਭਾਈ ਮੇਵਾ ਸਿੰਘ ਦੀ ਪਛਾਣ ਸਥਾਪਿਤ ਕਰਨ ਵਾਸਤੇ ਤੇ ਹੋਰ ਮੇਵਾ ਸਿੰਘਾਂ ਨਾਲੋਂ ਨਖੇੜਨ ਲਈ ਉਹਦੇ ਨਾਂ ਨਾਲ ਲੋਪੋ ਕੇ ਸ਼ਬਦ ਵਰ ਦਰਜ ਕਰਨਾ ਪੈਂਦਾ ਹੈ ਆਪਣੀ ਸ਼ਹਾਦਤ ਦੇ ਕੇ ਉਹਨੇ ਆਪਣੇ ਨਾਂ ਦੇ ਨਾਲ ਨਾਲ ਲੋਪੋ ਕੇ ਪਿੰਡ ਨੂੰ ਵੀ ਸਾਰੇ ਜੱਗ 'ਚ ਰੋਸ਼ਨਾ ਦਿੱਤਾ ਲੋਪੋ ਕੇ ਨੂੰ ਮੇਵਾ ਸਿੰਘ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ ਨਿਸ਼ਚੈ ਪਿੰਡ ਲੋਪੋ ਕੇ ਨੂੰ ਆਪਣੇ ਸ਼ਹੀਦ ਤੇ ਮਾਣ ਕਰਨ ਦਾ ਪੂਰਾ ਹੱਕ ਹੈ ਇਹ ਮਾਣ ਕਰਨਾ ਵੀ ਚਾਹੀਦਾ ਹੈ ਪਿੰਡ ਵਾਸੀ ਕਹਿ ਸਕਦੇ ਆ ਕਿ ਮੇਵਾ ਸਿੰਘ ਲੋਪੋ ਕੇਆਂ ਦਾ ਸ਼ਹੀਦ ਸੀ ਪਰ ਕੀ ਉਹਦੀ ਸ਼ਹਾਦਤ ਨੂੰ ਇੱਕੋ ਪਿੰਡ ਨਾਲ ਹੀ ਸਬੰਧਤ ਕੀਤਾ ਜਾ ਸਕਦਾ ਹੈ ਕਿ ਉਹ ਦੂਜੇ ਪਿੰਡਾਂ ਦੇ ਲੋਕਾਂ ਦਾ ਆਪਣਾ ਸ਼ਹੀਦ ਨਹੀਂ ਜਿਵੇਂ ਕਰਤਾਰ ਸਿੰਘ ਸਰਾਬਾ ਸਰਾਬੇ ਦਾ ਰਹਿ ਕੇ ਵੀ ਪਿੰਡ ਦੀ ਸਤਾ ਤੋਂ ਉੱਠ ਕੇ ਸਮੁੱਚੇ ਭਾਰਤੀ ਲੋਕਾਂ ਦਾ ਮਾਣ ਬਣਦਾ ਹੈ ਉਸੇ ਤਰ੍ਹਾਂ ਮੇਵਾ ਸਿੰਘ ਲੋਪੋ ਕੇ ਪਿੰਡ ਦੀ ਸਤਾ ਤੋਂ ਕਿਤੇ ਉੱਚਾ ਉੱਠ ਕੇ ਦੇਸ਼ ਵਿਦੇਸ਼ ਚ ਵਾਸਤੇ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਮਾਣ ਬਣਦਾ ਹੈ ਇਹ ਸਭ ਕੁਝ ਇਸ ਕਰਕੇ ਹੋਇਆ ਕਿਉਂਕਿ ਉਹਨੇ ਕੇਵਲ ਆਪਣੇ ਨਿੱਜ ਜਾਂ ਨਿਰੋਲ ਇਕੱਲੇ ਪਿੰਡ ਲੋਪੋ ਕੇ ਦੇ حقਕਾਂ ਹਿੱਤਾਂ ਦੀ ਲੜਾਈ ਲੜਦਿਆਂ ਸ਼ਹੀਦੀ ਨਹੀਂ ਸੀ ਦਿੱਤੀ ਉਹ ਤਾਂ ਭਾਰਤੀ ਲੋਕਾਂ ਦੀ ਆਜ਼ਾਦੀ ਤੇ ਸਵੈ ਮਾਨ ਦੀ ਰੱਖਿਆ ਲਈ ਲੜਦਾ ਸ਼ਹੀਦ ਹੋਇਆ ਸੀ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਨੂੰ ਕੇਵਲ ਇੱਕੋ ਪਿੰਡ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ ਦੂਸਰਾ ਜੱਟਾਂ ਤੇ ਔਲਖਾਂ ਦਾ ਸ਼ਹੀਦ ਕਹਿਣ ਨੂੰ ਤਾਂ ਭਾਈ ਮੇਵਾ ਸਿੰਘ ਜੱਟਾਂ ਤੇ ਔਲਖਾਂ ਦਾ ਸ਼ਹੀਦ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਜੱਟ ਤੇ ਔਲਖ ਉਹਦੇ ਵਡੇਰਿਆਂ ਦੀ ਜਾਤੀ ਤੇ ਗੋਤ ਸੀ ਪਰ ਉਹ ਕੇਵਲ ਜੱਟਾਂ ਤੇ ਔਲਖਾਂ ਦਾ ਸ਼ਹੀਦ ਨਹੀਂ ਸੀ ਕਿਉਂਕਿ ਉਹਦੀ ਲੜਾਈ ਜੱਟਾਂ ਜਾਂ ਔਲਖਾਂ ਦੇ ਹਿੱਤਾਂ ਲਈ ਲੜੀ ਲੜਾਈ ਨਹੀਂ ਸੀ ਸੱਚਾਈ ਇਹ ਹੈ ਕਿ ਭਾਈ ਮੇਵਾ ਸਿੰਘ ਸ਼ਬਦ ਦੇ ਸਹੀ ਅਰਥਾਂ 'ਚ ਸੱਚਾ ਸਿੱਖ ਸੀ ਸਿੱਖੀ ਸਿਧਾਂਤ ਅਨੁਸਾਰ ਕੋਈ ਵੀ ਜਾਤ ਜਾਂ ਗੋਤ ਦੇ ਆਧਾਰ 'ਤੇ ਵੱਖਰਾ ਜਾਂ ਵੱਡਾ ਨਹੀਂ ਅਖਵਾ ਸਕਦਾ ਸੱਚੇ ਸਿੱਖ ਦੀ ਪਛਾਣ ਉਹਦੀ ਜਾਤ ਜਾਂ ਗੋਤ ਨਹੀਂ ਹੁੰਦੀ ਸਗੋਂ ਉਹਦੇ ਲਈ ਤਾਂ ਸਾਰੀ ਮਾਨਸ ਜਾਤੀ ਇੱਕੋ ਹੁੰਦੀ ਹੈ ਮਾਝੇ ਦਾ ਸ਼ਹੀਦ ਅੱਜਕੱਲ੍ਹ ਬਾਹਰਲੇ ਮੁਲਕਾਂ 'ਚ ਗਏ ਪੰਜਾਬੀ ਲੋਕਾਂ ਨੇ ਮਾਝੇ ਮਾਲਵੇ ਦੁਆਬੇ ਦੇ ਆਧਾਰ 'ਤੇ ਸੰਸਥਾਵਾਂ ਬਣਾਈਆਂ ਹੋਈਆਂ। ਉਹ ਆਪਸ 'ਚ ਇਕੱਠ ਸਮਾਗਮ ਤੇ ਪਿਕਨਿਕਾਂ ਕਰਕੇ ਇੱਕ ਦੂਜੇ ਨਾਲ ਮੇਲ ਮਿਲਾਪ ਬਣਾਉਂਦੇ ਹਨ। ਆਪਣੀ ਵਿਰਾਸਤ ਤੇ ਇਤਿਹਾਸ ਨੂੰ ਵੀ ਵੰਡਿਆਉਂਦੇ ਹਨ। ਇਲਾਕਾਵਾਦ ਤੇ ਖੇਤਾਵਾਦ ਸਾਡੀਆਂ ਸੋਚਾਂ ਦਾ ਹਿੱਸਾ ਜਿਹਾ ਬਣ ਚੁੱਕਾ ਹੈ। ਜਿਹ ਅਜਿਹੀ ਸੋਚ ਦਾ ਮਕਸਦ ਕਿਸੇ ਦੂਸਰੇ ਦਾ ਵਿਰੋਧ ਕਰਨ ਦੀ ਥਾਂ ਕੇਵਲ ਆਪਣੇ ਇਲਾਕੇ ਦੀ ਸਾਂਝ ਤੇ ਆਪਣਾਤ ਨੂੰ ਸੰਗਣਾ ਤੇ ਗੂੜਾ ਕਰਨਾ ਤੇ ਆਪਣੇ ਇਤਿਹਾਸਿਕ ਵਡੇਰਿਆਂ ਦੀਆਂ ਪ੍ਰਾਪਤੀਆਂ ਨੂੰ ਰੌਸ਼ਨੀ ਚ ਲਿਆਉਣਾ ਹੋਵੇ ਤਾਂ ਕੋਈ ਇਤਰਾਜ਼ ਨਹੀਂ ਪਰ ਜੇ ਆਪਣੇ ਇਲਾਕੇ ਦੀ ਵਿਡਿਆਈ ਦਾ ਮਕਸਦ ਦੂਜੇ ਇਲਾਕੇ ਦਾ ਦੇ ਇਤਿਹਾਸ ਵਿਰਾਸਤ ਮਹੱਤਵ ਨੂੰ ਛੁਟਿਆਉਣਾ ਹੋਵੇ ਤਾਂ ਅਜਿਹੀ ਵੰਡ ਕਦੇ ਵੀ ਮੁਨਾਸਬ ਨਹੀਂ ਕਹੀ ਜਾ ਸਕਦੀ ਭਾਈ ਮੇਵਾ ਸਿੰਘ ਮਝੈਲ ਸ਼ਹੀਦ ਵੀ ਸੀ ਕਿਉਂਕਿ ਉਹ ਮਾਝੇ ਚ ਜੰਮਿਆ ਪਲਿਆ ਸੀ ਪਰ ਉਹਨੂੰ ਕੇਵਲ ਮਝੈਲ ਦਾਇਰੇ ਤੱਕ ਵੀ ਸੀਮਤ ਨਹੀਂ ਕੀਤਾ ਜਾ ਸਕਦਾ ਇਲਾਕੇਬੰਦੀ ਤੇ ਮਜਬੀ ਵੰਡ ਦੇ ਖਿਲਾਫ ਤਾਂ ਭਾਈ ਮੇਵਾ ਸਿੰਘ ਦਾ ਅੰਤਿਮ ਸੁਨੇਹਾ ਖੁਦ ਬੋਲਦਾ ਹੈ ਇਸ ਗੁਲਾਮੀ ਦੇ ਸਰਾਬ ਤੋਂ ਬਚ ਕੇ ਨਿਕਲਣ ਲਈ ਪੂਰੇ ਜ਼ੋਰ ਨਾਲ ਯਤਨ ਕਰੋ ਫਿਰ ਇਹ ਕੰਮ ਤਾਂ ਹੀ ਹੋ ਸਕੇਗਾ ਜੇ ਇਸ ਇਲਾਕੇ ਬੰਦੀ ਤੇ ਮذਬੀ ਅਸਹਿਣਸ਼ੀਲਤਾ ਬਿਲਕੁਲ ਨਾ ਰਹੇ ਨਾ ਮਾਝੇ ਮਾਲਵੇ ਤੇ ਦੁਆਬੇ ਦੇ ਸਵਾਲ ਉੱਠਣ ਨਾ ਹੀ ਹਿੰਦੂ ਮੁਸਲਮ ਤੇ ਸਿੱਖ ਮذਬਾਂ ਦੇ ਸਵਾਲ ਉੱਠਣ ਸੋ ਨੂੰ ਨਿਰੋਲ ਮਾਝੇ ਦਾ ਸ਼ਹੀਦ ਕਹਿਣਾ ਉਹਦੀ ਸ਼ਹਾਦਤ ਨੂੰ ਛੁਟੇ ਆਉਣਾ ਹੈ ਪੰਜਾਬ ਦਾ ਸ਼ਹੀਦ ਪੰਜਾਬ ਮੁੱਢ ਤੋਂ ਜੰਗਾਂ ਯੁੱਧਾਂ ਦੀ ਧਰਤੀ ਰਹੀ ਹੈ ਪੰਜਾਬ ਨੂੰ ਭਾਰਤ ਦੀ ਖੜਕ ਭੂਜਾ ਵੀ ਕਿਹਾ ਜਾਂਦਾ ਹੈ ਪੰਜਾਬੀ ਬਾਹਰੋਂ ਆਉਣ ਵਾਲੇ ਧੜਵੀਆਂ ਤੇ ਹਮਲਾਵਰਾਂ ਦਾ ਹਿੱਕ ਢਾਕੇ ਮੁਕਾਬਲਾ ਕਰਦੇ ਰਹੇ ਸਵੈ ਮਾਨ ਨਾਲ ਜਿਉਣਾ ਤੇ ਕਿਸੇ ਦੀ ਟਹਿ ਨਾ ਮੰਨਣਾ ਉਹਨਾਂ ਦੇ ਖੂਨ ਮੇਰ ਵਿੱਚ ਹੈ ਪੰਜਾਬੀਆਂ ਦਾ ਆਜ਼ਾਦੀ ਤੇ ਸਵੈ ਮਾਨ ਲਈ ਜੂਝਣ ਤੇ ਕੁਰਬਾਨ ਹੋਣ ਦਾ ਲੰਮਾ ਤੇ ਮਾਣਯੋਗ ਇਤਿਹਾਸ ਹੈ ਇਹ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਦਾ ਰਿਹਾ ਹੈ ਸ਼ਹੀਦ ਸੂਰਮਿਆਂ ਦਾ ਕਿਉਂਕਿ ਇਤਿਹਾਸਿਕ ਇਤਿਹਾਸ ਪ੍ਰੇਰਕ ਹੁੰਦਾ ਹੈ ਇਸ ਲਈ ਆਪਣੇ ਸੰਘਰਸ਼ ਦੌਰਾਨ ਉਹ ਖੁਦ ਵੀ ਪੰਜਾਬ 'ਚ ਜੰਮੇ ਹੋਣ ਦਾ ਮਾਣ ਕਰਦੇ ਹੋਣਗੇ ਸੋ ਪੰਜਾਬੀ ਲੋਕਾਂ ਦਾ ਆਪਣੇ ਸ਼ਹੀਦ ਸੂਰਮਿਆਂ ਦੀ ਕੁਰਬਾਨੀ ਤੇ ਮਾਣ ਕਰਨਾ ਹੱਕ ਬਜ਼ਾਨਬ ਹੈ ਪੰਜਾਬ ਨਾਲ ਸੰਬੰਧਤ ਹੋਣ ਕਰਕੇ ਭਾਈ ਮੇਵਾ ਸਿੰਘ ਪੰਜਾਬ ਦਾ ਸ਼ਹੀਦ ਵੀ ਸੀ ਪਰ ਇਹ ਵੀ ਸੱਚ ਹੈ ਕਿ ਉਹਨੇ ਪੰਜਾਬ ਦੀ ਕਿਸੇ ਮੰਗ ਲਈ ਸ਼ਹੀਦੀ ਨਹੀਂ ਸੀ ਦਿੱਤੀ ਉਹਦੀਆਂ ਮੰਗਾਂ ਦਾ ਦਾਇਰਾ ਇਹ ਤੋਂ ਕਿਤੇ ਵੱਡਾ ਤੇ ਉਚੇਰਾ ਸੀ ਤੇ ਉਹਦੀ ਸ਼ਹਾਦਤ ਨੂੰ ਉਸ ਉਚੇਰੇ ਮੰਡਲ ਨਾਲ ਹੀ ਸਬੰਧਤ ਕਰਨਾ ਪੈਂਦਾ ਹੈ ਸਿੱਖ ਸ਼ਹੀਦ ਸਿੱਖ ਪਾਈਚਾਰਾ ਪਾਈ ਮੇਵਾ ਸਿੰਘ ਦੇ ਸ਼ਹੀਦ ਹੋਣ ਤੇ ਵੀ ਮਾਨ ਕਰ ਸਕਦਾ ਹੈ ਕਿਉਂਕਿ ਉਹਦੀ ਪ੍ਰੇਰਨਾ ਦਾ ਮੂਲ ਸੋਮਾ ਸਿੱਖੀ ਤੇ ਸਿੱਖ ਇਤਿਹਾਸ ਨਾਲ ਜੁੜਿਆ ਇਨਕਲਾਬੀ ਇਤਿਹਾਸ ਸੀ ਇਸ ਸ਼ਾਨਾਮੱਤੀ ਵਿਰਾਸਤ ਤੋਂ ਪ੍ਰਭਾਵਿਤ ਤੇ ਪ੍ਰੇਰਿਤ ਹੋ ਕੇ ਉਹ ਖਿਹੜੇ ਮੱਥੇ ਫਾਂਸੀ ਦਾ ਰੱਸਾ ਚੁੰਮਣ ਦਾ ਜੇਰਾ ਕਰ ਸਕਿਆ ਆਪਣੇ ਬਿਆਨ ਵਿੱਚ ਉਹਨੇ ਸਿੱਖੀ ਤੇ ਸਿੱਖ ਸਿਧਾਂਤ ਵਿੱਚ ਆਪਣੀ ਗੂੜੀ ਆਸਥਾ ਦਾ ਪ੍ਰਗਟਾਵਾ ਕੀਤਾ ਸੀ ਮੇਵਾ ਸਿੰਘ ਅਮਰਤਾ ਰੇ ਸਿੱਖ ਸੀ ਅਮਰਤਵੀ ਉਹਨੇ ਕੈਨੇਡਾ ਵਿੱਚਲੇ ਗੁਰਦੁਆਰੇ ਸਿੱਖ ਟੈਂਪਲ ਤੇ ਗਦਰ ਲਹਿਰ ਨਾਲ ਸੰਬੰਧਿਤ ਆਗੂਆਂ ਲਈ ਆਗੂਆਂ ਭਾਈ ਭਾਗ ਸਿੰਘ ਤੇ ਭਾਈ ਬਲਵੰਤ ਸਿੰਘ ਤੋਂ ਪਹਿਲਾਂ ਛੱ ਗਿਆ ਸੀ ਸਿੱਖੀ ਵਿਰਾਸਤ ਇਤਿਹਾਸ ਉਹਦੀ ਸੋਚ ਤੇ ਸ਼ਖਸੀਅਤ ਦੇ ਅੰਗ ਸੰਗ ਸੀ ਉਹਦੇ ਇਤਿਹਾਸ ਦੀਆਂ ਕਹਾਣੀਆਂ ਦੱਸੀਆਂ ਕਿ ਗੁਰਦੁਆਰਾ ਸਿੱਖ ਲਈ ਕਿੰਨਾ ਮੁتبارਕ ਸਥਾਨ ਹੈ ਜਦੋਂ ਬੇਲਾ ਸਿੰਘ ਵੱਲੋਂ ਗੋਲੀ ਚਲਾ ਕੇ ਗੁਰਦੁਆਰੇ ਦੀ ਕੀਤੀ ਬੇਹਰਮਤੀ ਦਾ ਜ਼ਿਕਰ ਕਰ ਰਿਹਾ ਸੀ ਸ਼ਾਇਦ ਉਸ ਵੇਲੇ ਉਹਦੀ ਚੇਤਨਾ 'ਚ ਹਰਮੰਦਰ ਸਾਹਿਬ ਦੀ ਮਾਨ ਮਰਿਆਦਾ ਲਈ ਸਿਰ ਤਲੀ ਤੇ ਧਰ ਕੇ ਜੋ ਜਰਿਆ ਬਾਬਾ ਦੀਪ ਸਿੰਘ ਬੰਦ-ਬੰਦ ਕਟਵਾ ਰਹੇ ਭਾਈ ਮਨੀ ਸਿੰਘ ਮੱਸੀ ਰੰਗੜ ਦਾ ਸਿਰ ਨੇਜੇ ਤੇ ਟੰਕੇ ਲਈ ਜਾਂਦੇ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦਿਖਾਈ ਦਿੰਦੇ ਸਨ ਭਾਈ ਮੇਵਾ ਸਿੰਘ ਨੇ ਵੀ ਕਿਹਾ ਕਿ ਉਹਦਾ ਧਰਮ ਕਿਸੇ ਨਾਲ ਦੁਸ਼ਮਣੀ ਕਰਨਾ ਨਹੀਂ ਸਿਖਾਉਂਦਾ ਉਦੀ ਹਬਕੈਂਸਨ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਹਬਕੈਂਸਨ ਦੇ ਕਤਲ ਦਾ ਕਾਰਨ ਉਸ ਵੱਲੋਂ ਭਾਰਤੀ ਭਾਈਚਾਰੇ ਵਿਰੁੱਧ ਕੀਤੀਆਂ ਤਬਾਹਕੁਨ ਕਰਤੂਤਾ ਸਨ ਅਜਿਹਾ ਕਿ ਉਹ ਭੈ ਕਾਹੂ ਕੋ ਦੇਤ ਨਾ ਨਾ ਪੈਮਾਨਾ ਤਾਨ ਵਾਲੀ ਵਰਗੇ ਸਿੱਖੀ ਸਿਧਾਂਤ ਦੀ ਵਿਆਖਿਆ ਵੀ ਕਰ ਰਿਹਾ ਸੋ ਸਿੱਖ ਸੰਗਤ ਭਾਈ ਮੀਵਾਂ ਸਿੰਘ ਨੂੰ ਜਮ ਜਮ ਸਿੱਖਾਂ ਦਾ ਸ਼ਹੀਦ ਵੀ ਆਖੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਉਹ ਕੇਵਲ ਸਿੱਖ ਸ਼ਹੀਦ ਨਹੀਂ ਸੀ ਕਿਉਂਕਿ ਉਹਦਾ ਤੇ ਉਹਦੇ ਸਾਥੀਆਂ ਦੇ ਸੰਘਰਸ਼ ਦਾ ਮਕਸਦ ਸਿੱਖਾਂ ਦੀ ਕਿਸੇ ਵੀ ਪ੍ਰਕਾਰ ਦੀ ਕਿਸੇ ਰਾਜਸੀ ਜਾਂ ਧਾਰਮਿਕ ਮੰਗ ਨਾਲ ਸੰਬੰਧਿਤ ਨਹੀਂ ਸੀ ਉਹਨਾਂ ਦਾ ਮਕਸਦ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ ਦੇਸ਼ ਜੋ ਇਕੱਲੇ ਸਿੱਖਾਂ ਦਾ ਹੀ ਨਹੀਂ ਹਿੰਦੂ ਸਿੱਖਾਂ ਮੁਸਲਮਾਨਾਂ ਈਸਾਈਆਂ ਬੁੱਧੀਆਂ ਫਾਰਸੀਆਂ ਆਦ ਸਾਰੇ ਮਜ਼ਬਾਂ ਦਾ ਸੀ ਦੇਸ਼ ਜੋ ਮਜ਼ਬਾਂ ਦਾ ਨਹੀਂ ਸਗੋਂ ਲੋਕਾਂ ਦਾ ਸੀ ਹਿੰਦੁਸਤਾਨ ਦਾ ਸ਼ਹੀਦ ਭਾਈ ਮੇਵਾ ਸਿੰਘ ਦੇ ਸਾਥੀਆਂ ਤੇ ਗਦਰ ਪਾਰਟੀ ਦਾ ਬੁਨਿਆਦੀ ਮਕਸਦ ਜਿੱਥੇ ਹਿੰਦੁਸਤਾਨ ਨੂੰ ਅੰਗਰੇਜ਼ ਦੀ ਗੁਲਾਮੀ ਤੋਂ ਮੁਕਤ ਕਰਵਾਉਣਾ ਸੀ ਉੱਥੇ ਕੈਨੇਡਾ ਸਰਕਾਰ ਵੱਲੋਂ ਭਾਰਤ ਵਾਸੀਆਂ ਦੇ ਕੈਨੇਡਾ 'ਚ ਦਾਖਲੇ ਤੇ ਲਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਕਰਕੇ ਭਾਰਤੀਆਂ ਲਈ ਕੈਨੇਡਾ 'ਚ ਦਾਖਲ ਹੋਣ ਲਈ ਦਰਵਾਜ਼ੇ ਖੁਲਵਾਉਣਾ ਉਹਨਾਂ ਲਈ ਬਰਾਬਰ ਦੇ شہری ਹੱਕ ਪ੍ਰਾਪਤ ਕਰਨਾ ਵੀ ਸੀ ਕੈਨੇਡਾ 'ਚ ਹਿੰਦਿਆਨ ਦੇ ਆਉਣ ਰਹਿਣ ਤੇ ਵਸਣ ਦੇ ਹੱਕਾਂ ਹਿੱਤ ਦੀ ਲੜਾਈ ਲੜਨ ਕਰਨ ਕਰਕੇ ਤੇ ਹਿੰਦੂ ਨੂੰ ਆਜ਼ਾਦ ਕਰਾਉਣ ਲਈ ਵਿੱਡੇ ਸੰਝੇ ਸੰਘਰਸ਼ ਕਰਕੇ ਭਾਈ ਮੇਵਾ ਸਿੰਘ ਅਸਲ 'ਚ ਹਿੰਦੁਸਤਾਨ ਦਾ ਸ਼ਹੀਦ ਸੀ। ਉਹਨੂੰ ਕਿਸੇ ਵੀ ਛੋਟੇ ਦਾਇਰੇ 'ਚ ਵੜਨਾ, ਕੇਵਲ ਆਪਣੇ ਦਾਇਰੇ ਦਾ ਸ਼ਹੀਦ ਐਲਾਨਨ ਤੇ ਮਨਵਾਉਣ ਦੀ ਜ਼ਿੱਦ ਕਰਨਾ ਅਸਲ 'ਚ ਸ਼ਹੀਦੀ ਸ਼ਹਾਦਤ ਦੀ ਕੀਮਤ ਤੇ ਮਹੱਤਵ ਨੂੰ ਘਟਾਉਣ ਤੁੱਲ ਹੈ। ਲੋਪੋਕਿਆਂ ਵਾਲੇ ਆਲਖ ਤੇ ਜੱਟ ਭਾਈਚਾਰੇ ਵਾਲੇ ਮੱਝੇ ਵਾਲੇ ਸਿੱਖ ਜਾਂ ਪੰਜਾਬੀ ਭਾਈ ਮੇਵਾ ਸਿੰਘ ਨੂੰ ਜੰਮ ਜੰਮ ਆਪਣਾ ਸ਼ਹੀਦ ਵੀ ਆਖਣ ਉਹਦੀ ਸ਼ਹੀਦੀ ਤੇ ਮਾਣ ਵੀ ਕਰਨ ਕਿਉਂਕਿ ਕਿਸੇ ਨਾ ਕਿਸੇ ਰੂਪ ਚ ਨਾ ਛੋਟੀਆਂ ਇਕਾਈਆਂ ਨਾਲ ਵੀ ਸੰਬੰਧਿਤ ਸੀ ਪਰ ਭਾਈ ਮੇਵਾ ਸਿੰਘ ਦੇ ਸੰਘਰਸ਼ ਦਾ ਮਕਸਦ ਛੋਟੀਆਂ ਇਕਾਈਆਂ ਤੋਂ ਫੈਲ ਕੇ ਪੂਰੇ ਹਿੰਦੁਸਤਾਨ ਦੀ ਆਜ਼ਾਦੀ ਤੇ ਸਵੈ ਮਾਣ ਦਾ ਸੰਘਰਸ਼ ਬਣ ਗਿਆ ਸੀ ਇਹ ਸੰਘਰਸ਼ ਚੋਂ ਆਲਖ ਜੱਟ ਮਝੈਲ ਸਿੱਖ ਜਾਂ ਪੰਜਾਬੀ ਦੀ ਪਛਾਣ ਕਾਇਮ ਰੱਖਣ ਲਈ ਸ਼ਾਮਲ ਨਹੀਂ ਸੀ ਹੋਇਆ ਸਗੋਂ ਇੱਕ ਹਿੰਦੁਸਤਾਨੀ ਦੀ ਪਛਾਣ ਤੇ ਸਵੈ ਮਾਣ ਬਚਾਉਣ ਲਈ ਸ਼ਾਮਲ ਹੋਇਆ ਉਹ ਹਿੰਦੁਸਤਾਨ ਦਾ ਸ਼ਹੀਦ ਸੀ ਬਹੁ ਸੱਭਿਆਚਾਰਕ ਮੁਲਕ ਕੈਨੇਡਾ ਦਾ ਸ਼ਹੀਦ ਸੱਚੀ ਗੱਲ ਤਾਂ ਇਹ ਹੈ ਭਾਈ ਮੇਵਾ ਸਿੰਘ ਦੀ ਸ਼ਹਾਦਤ ਦਾ ਮਾਣ ਲੋਪੋਕੇ ਪਿੰਡ ਦੀ ਛੋਟੀ ਜੀ ਇਕਾਈ ਤੋਂ ਲੈ ਕੇ ਹਿੰਦੁਸਤਾਨ ਲਈ ਦਿੱਤੀ ਸ਼ਹਾਦਤ ਤੱਕ ਪਹੁੰਚ ਕੇ ਅੱਗੋਂ ਹੋਰ ਵੀ ਨਵੇਂ ਦੇਸ ਹੱਦਿਆਂ ਤੱਕ ਫੈਲ ਜਾਂਦਾ ਹੈ ਸੀ ਜਾਣਦੇ ਆ ਕਿ ਕੈਨੇਡਾ ਨੂੰ ਗੋਰਿਆਂ ਦਾ ਦੇਸ਼ ਬਣਾਈ ਰੱਖਣ ਦੀ ਕੈਨੇਡੀਅਨ ਹਕੂਮਤ ਦੀ ਨiyet ਤੇ ਨੀਤੀ ਕਰਕੇ ਨਸਲੀ ਵਿਤਕਰੇ ਦੀ ਨੀ ਰੱਖੀ ਗਈ ਕੈਨੇਡਾ ਚ ਗਏ ਹਿੰਦਿਆ ਨੂੰ ਨਸਲੀ ਵਿਤਕਰੇ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਣਾ ਪਿਆ ਉਹਨਾਂ ਨੂੰ ਕਾਲੇ ਕੁਲੀ ਅਸੱਭਿਅਕ ਤੇ ਗੰਦੇ ਆ ਕੇ ਭੰਡਿਆ ਤੇ ਜ਼ਲੀਲ ਕੀਤਾ ਜਾਂਦਾ ਰਿਹਾ ਸ਼ਹਿਰ ਤੋਂ ਬਾਹਰ ਸਹੂਲਤ ਵੀ ਹੋਣੀਆਂ ਨਕਮੀਆਂ ਇਮਾਰਤਾਂ ਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਵਕ ਵਕ ਆਰਡਰ ਇਨ ਕਾਉਂਸਲ ਪਾਸ ਕਰਕੇ ਹਿੰਦਿਆ ਦੇ ਕੈਨੇਡਾ 'ਚ ਦਾਖਲੇ ਤੇ ਪਾਬੰਦੀਆਂ ਲਾਤੀਆਂ ਗਈਆਂ ਕਾਮਾ ਗਾਟਾ ਮਾਰੂ ਦੇ ਮੁਸਾਫਰਾਂ ਨੂੰ 2 ਮਹੀਨੇ ਖੱਜਲ ਕਰਕੇ ਵਾਪਸ ਮੋੜ ਦਿੱਤਾ ਸਿਆਸਤਦਾਨਾਂ ਵੱਲੋਂ ਹਿੰਦੂਆਂ ਖਿਲਾਫ ਜ਼ਹਿਰੀਲਾ ਪ੍ਰਚਾਰ ਕਰਕੇ ਆਮ ਲੋਕਾਂ ਦੇ ਮਨਾਂ 'ਚ ਨਫਰਤ ਦਾ ਜ਼ਹਿਰ ਭਰ ਦਿੱਤਾ ਗਿਆ ਉਹਨਾਂ ਨੂੰ ਹਾਂਡੂ ਰਾਸਟਾਪੂ 'ਚ ਧੱਕ ਦੇਣ ਦੀ ਸਫਲ ਪਰ ਕਨੌਣੀ ਸਾਜ਼ਿਸ਼ ਵੀ ਰਚੀ ਗਈ ਹਿੰਦੂ ਸਿੱਖ ਤੇ ਮੁਸਲਮਾਨ ਇਕੱਠੇ ਹੋ ਕੇ ਜਿੱਥੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜਾਈ ਲੜ ਰਹੇ ਸਨ ਉੱਥੇ ਕੈਨੇਡਾ 'ਚ ਹਿੰਦੂਆਂ ਦੇ ਸ਼ਹਿਰੀ ਹੱਕਾਂ ਦੀ ਲੜਾਈ ਵੀ ਲੜ ਰਹੇ ਸਨ ਖਾਲਸਾ ਦਿਵਾਨ ਸੁਸਾਇਟੀ ਗੁਰਦੁਆਰਾ ਸਿੱਖ ਟੈਂਪਲ ਤੇ ਯੂਨਾਈਟਿਡ ਇੰਡੀਆ ਲੀਗ ਵਰਗੇ ਅਦਾਰਿਆਂ ਦੇ ਮੰਚਾਂ ਤੇ ਜੁੜ ਕੇ ਤੇ ਇੱਕ ਮੁੱਠ ਹੋ ਕੇ ਉਹ ਗਦਰ ਪਾਰਟੀ ਨਾਲ ਜੁੜ ਕੇ ਦੋਹਰੀ ਲੜਾਈ ਲੜ ਰਹੇ ਸਨ ਭਾਰਤ ਦੀ ਅੰਗਰੇਜ਼ੀ ਸਰਕਾਰ ਕੈਨੇਡਾ ਸਰਕਾਰ ਤੇ ਅਮਰੀਕਾ ਦੀ ਸਰਕਾਰ ਦਾ ਸਾਂਝਾ ਜਸੂਸ ਹੱਪਕੈਂਸਨ ਮੌਕੇ ਦੇ ਸਸਦਾਨਾਂ ਦੀ ਅਗਵਾਈ ਤੇ ਦੇਖ ਰਿਹਾ ਇੱਕ ਇਮੀਗ੍ਰੇਸ਼ਨ ਏਜੰਟ ਮੈਲਕਮ ਰੀਡ ਨਾਲ ਮਿਲ ਕੇ ਹਿੰਦਵਾਸੀਆਂ ਖਿਲਾਫ ਖਿਣਾਉਣੀਆਂ ਕਾਰਵਾਈਆਂ 'ਚ ਰੁੱਝਿਆ ਹੋਇਆ ਸੀ ਉਹਨਾਂ ਦੀ ਜਾਨ ਸਵੈਮਾਨ ਤੇ ਇੱਜ਼ਤ ਪੱਤ ਨਾਲ ਖੇਲਵਾੜ ਕਰ ਰਿਹਾ ਸੀ ਉਹ ਕੈਨੇਡੀਅਨ ਤੇ ਅੰਗਰੇਜ਼ੀ ਸਰਕਾਰ ਦੀ ਸਥਾਪਤ ਤਾਕਤ ਦਾ ਚਿੰਨ ਸੀ ਉਸ ਉੱਤੇ ਭਾਈ ਮੇਵਾ ਸਿੰਘ ਵੱਲੋਂ ਕੀਤਾ ਵਾਰ ਅਸਲ 'ਚ ਉਸ ਵਿਵਸਥਾ ਉੱਤੇ ਵਾਰ ਸੀ ਜਿਹੜੀ ਵਿਵਸਥਾ ਕੈਨੇਡਾ ਨੂੰ ਗੋਰਿਆਂ ਦਾ ਦੇਸ਼ ਬਣਾਈ ਰੱਖਣ ਲਈ ਬਜ਼ਿੱਦ ਸੀ ਪਰ ਅੱਜਕੱਲ ਕੈਨੇਡਾ ਇੱਕ ਬਹੁ ਸੱਭਿਆਚਾਰਕ ਮੁਲਕ ਹੈ ਤੇ ਕੈਨੇਡਾ ਸਰਕਾਰ ਇਸ ਗੱਲ ਤੇ ਫਖਰ ਵੀ ਕਰਦੀ ਹੈ ਕੈਨੇਡਾ ਦੇ ਬਹੁ ਸੱਭਿਆਚਾਰਕ ਮੁਲਕ ਬਣਨ ਲਈ ਕੀਤੇ ਯਤਨਾਂ ਦਾ ਲੰਮਾ ਇਤਿਹਾਸ ਹੈ ਜਿਉਂ-ਜਿਉਂ ਵਕ ਵਕ ਮੁਲਕਾਂ ਨਸਲਾਂ ਧਰਮਾਂ ਤੇ ਜਾਤਾਂ ਦੇ ਲੋਕ ਕੈਨੇਡਾ ਚ ਆਮਦ ਤੇ ਗਿਣਤੀ ਪੱਖੋਂ ਵਧਦੇ ਗਏ ਤੇ ਉਹਨਾਂ ਦਾ ਸਥਾਨਕ ਰਾਜਨੀਤੀ ਚ ਦਖਲ ਤੇ ਪ੍ਰਭਾਵ ਵੀ ਵਧਦਾ ਗਿਆ ਸਥਾਪਿਤ ਰਾਜਨੀਤਿਕ ਹਲਕਿਆਂ ਲਈ ਹੁਣ ਗੋਰਿਆਂ ਤੋਂ ਇਲਾਵਾ ਦੂਜੇ ਧਰਮਾਂ ਜਾਤਾਂ ਰੰਗਾਂ ਜਾਂ ਨਸਲਾਂ ਦੇ ਲੋਕ ਦੀਆਂ ਲੋਕਾਂ ਦੀਆਂ ਆਕਾਖੀਆਂ ਆਕੰਖਿਆਵਾਂ ਨੂੰ ਅਨਗੋਲੇ ਕਰਨਾ ਅਸੰਭਵ ਹੋ ਗਿਆ ਭਾਵੇਂ ਨਸਲਵਾਦੀ ਗੋਰੀਆਂ ਗੋਰਿਆਂ ਵੱਲੋਂ ਇਹਦਾ ਤਿੱਖਾ ਵਿਰੋਧ ਵੀ ਹੋਇਆ ਤਦ ਵੀ ਰਾਜਨੀਤਿਕ ਤਕਾਜ਼ਿਆਂ ਨੂੰ ਮੁੱਖ ਰੱਖਦਿਆਂ 1971 ਚ ਕੈਨੇਡੀਅਨ ਸਮਾਜ ਨੂੰ ਵਿਧਾਨਕ ਤੌਰ ਤੇ ਬਹੁ ਸੱਭਿਆਚਾਰਕ ਸਮਾਜ ਹੋਣ ਦੀ ਮਾਨਤਾ ਮਿਲ ਗਈ ਅੰਗਰੇਜ਼ੀ ਤੇ ਫ੍ਰੈਂਚ ਨੂੰ ਸਰਕਾਰੀ ਭਾਸ਼ਾਵਾਂ ਦਾ ਦਰਜਾ ਮਿਲ ਗਿਆ ਬਹੁ ਸੱਭਿਆਚਾਰਕ ਮੁਲਕ ਬਣ ਜਾਣ ਤੇ ਕੈਨੇਡਾ ਸਰਕਾਰ ਨੇ ਸਾਰੀਆਂ ਜਾਤਾਂ ਧਰਮਾਂ ਭਾਸ਼ਾਵਾਂ ਐਥਨਿਕ ਗਰੁੱਪਾਂ ਦੀਆਂ માનਤਾਵਾਂ ਤੇ ਕਦਰਾਂ-ਕੀਮਤਾਂ ਨੂੰ ਪਛਾਣਨਾ ਤੇ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ। ਕੈਨੇਡਾ ਬਹੁ ਸੱਭਿਆਚਾਰਵਾਦ ਨੂੰ ਪ੍ਰਚਾਰਨ ਤੇ ਉਭਾਰਨ ਲਈ ਕੈਨੇਡੀਅਨ ਜਨਤਾ ਨੂੰ ਜ਼ਿੰਦਗੀ ਦੇ ਵਿਭਿੰਨ ਪੱਖਾਂ 'ਚ ਸਰਗਰਮ ਰੋਲ ਅਦਾ ਕਰਨ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਦਾ ਹੈ। ਹਰੇਕ ਜਾਤੀ ਤੇ ਐਥਨਿਕ ਪਿਛੋਕੜ ਵਾਲੇ ਲੋਕ ਹਰ ਤਰ੍ਹਾਂ ਦੀਆਂ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਰਾਜਨੀਤਿਕ ਸਰਗਰਮੀਆਂ 'ਚ ਸ਼ਾਮਲ ਹੋ ਸਕਦੇ ਆ। ਹਰੇਕ ਨੂੰ ਆਪਣੇ ਵਿਸ਼ਵਾਸ ਅਨੁਸਾਰ ਜਿਉਣ ਦੀ ਖੁੱਲ ਹੈ ਹਰੇਕ ਕੈਨੇਡੀਅਨ ਸ਼ਹਿਰੀ ਬਰਾਬਰ ਹੱਕ ਰੱਖਦਾ ਹੈ ਹਰੇਕ ਸ਼ਹਿਰੀ ਨੂੰ ਆਪਣੀ ਗੱਲ ਕਹਿਣ ਦਾ ਤੇ ਉਹਨੂੰ ਸੁਣੇ ਜਾਣ ਦਾ ਅਧਿਕਾਰ ਹੈ ਲੋਕਾਂ ਦੇ ਰੂਪ ਚ ਭਾਵੇਂ ਅਜੇ ਵੀ ਨਸਲੀ ਵਿਤਕਰੇ ਦੇ ਝਲਕਾਰੇ ਮਿਲਦੇ ਰਹਿੰਦੇ ਹੈ ਤਦ ਵੀ ਜ਼ਾਹਿਰਾ ਤੌਰ ਤੇ ਇਹਨਾਂ ਸਾਰੇ ਅਧਿਕਾਰਾਂ ਦੀ ਗਾਰੰਟੀ ਕੈਨੇਡਾ ਦਾ ਸੰਵਿਧਾਨ ਦਿੰਦਾ ਹੈ ਧੰਨਵਾਦ ਚਲਦਾ